ਸਵੇਰੇ ਹੀ ਉੱਠ ਕੇ ਮੰਨਤ ਨੇ ਮੇਰੇ ਮਹਿੰਦੀ ਲਾਈ ਹੈ, ਹੁਣ ਉਤਾਰਦੀ ਪਈ ਹਾਂ ਔਰ ਪੈਰਾਂ 'ਤੇ ਵੀ ਲਾਈ ਹੈ। ਆਹ ਦੇਖੋ, ਮੈਨੂੰ ਨਾ ਪੈਰਾਂ 'ਤੇ ਬਹੁਤ ਪਸੰਦ ਆ, ਪੈਰਾਂ 'ਤੇ ਵੀ ਹੱਥਾਂ 'ਤੇ ਵੀ ਲਗਾ ਲਈ। ਅਜੇ ਹੁਣ ਹੀ ਅੱਧਾ ਪੌਣਾ ਘੰਟਾ ਹੀ ਰਹੀ ਹੈ ਨਾ ਮੇਰੇ ਹੱਥਾਂ 'ਚ, ਘੰਟੇ ਤੋਂ ਘੱਟ ਹੀ ਰਹੀ ਹੈ। ਹੁਣ ਜਾਣ ਲੱਗੇ ਇੱਧਰ ਬੈਕ ਸਾਈਡ ਵੀ ਲਵਾ ਲੂੰਗੀ, ਨੇਲ ਪੇਂਟ ਲਾਉਣੀ ਹੈ ਅਜੇ। ਹਾਂ ਮੋਟਰ ਚੱਲਦੀ ਵੀ ਇੱਧਰ ਕੱਪੜੇ ਧੋਪਦੇ ਪਏ ਆ, ਬਟ ਮੈਂ ਆਪਣਾ ਲੁੱਕ ਅਜੇ ਨਹੀਂ ਦਿਖਾਉਣਾ ਕਿਉਂਕਿ ਮੈਂ ਭੂਤ ਬਣੀ ਹੋਈ ਹਾਂ ਇਸ ਕਰਕੇ। ਅਤੇ ਅੱਜ ਮੌਸਮ ਇੱਦਾਂ ਦਾ ਹੀ ਹੈ, ਸਵੇਰੇ ਹਲਕੀ ਹਲਕੀਆਂ ਜਿਹੀਆਂ ਕਣੀਆਂ ਆਉਂਦੀਆਂ ਸੀਗੀਆਂ। ਚਲੋ ਹੁਣ ਮਿਲਦੀ ਹਾਂ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਔਰ ਮੈਂ ਰੈਡੀ ਹੋ ਕੇ ਮਿਲਦੀ ਪਈ ਹਾਂ। ਇਸ ਤੋਂ ਪਹਿਲਾਂ ਤੁਸੀਂ ਜਿਹੜੀਆਂ ਕਲਿਪਸ ਦੇਖੀਆਂ ਉਹ ਮੈਂ ਆਪਣੀਆਂ ਮਹਿੰਦੀ ਦੀਆਂ ਦਿਖਾਈਆਂ ਸੀ, ਹੱਥਾਂ ਪੈਰਾਂ ਦੀ ਮੰਨਤ ਤੋਂ ਲਵਾਈ ਸੀ। ਟਾਈਮ ਹੋ ਗਿਆ 1:15, ਅਤੇ ਅਸੀਂ ਹੁਣ ਬਸ ਨਿਕਲਣ ਲੱਗੇ ਹਾਂ ਘਰੋਂ। ਮੈਂ ਰੈਡੀ ਹੋ ਗਈ ਹਾਂ, ਮੈਂ ਤਾਂ ਜੰਨਤ ਮੈਂ ਇਹੋ ਹੀ ਸੂਟ ਪਾਇਆ ਕਿਉਂਕਿ ਟਰੈਵਲ 'ਚ ਮੇਰੇ ਹੱਥ ਇੱਥੇ ਮੈਨੂੰ ਕਿੰਨੇ ਅਸਲ 'ਚ ਚਿੱਟੇ ਨੇ ਕਿ ਇੱਥੇ ਚਿੱਟੇ ਲੱਗਣ ਦੇ ਨੇ, ਅਸਲ 'ਚ ਵੀ ਚਿੱਟੇ ਨੇ। ਔਰ ਇਹ ਬਿੰਦੀ ਨੂੰ ਅੱਜ 3 ਦਿਨ ਹੋ ਗਿਆ ਲੱਗੀ ਹੋਈ ਨੂੰ, ਮਜ਼ਾ ਲੈ ਕਿ ਟਸ ਤੋਂ ਮਸ ਹੋ ਜੇ, ਮੂੰਹ ਵੀ ਪੂੰਜੇ, ਟਾਵਲ ਨਾਲ ਵੀ ਮੂੰਹ ਪੂੰਜੇ। ਪਰ ਮੇਰੀ ਇਹ ਵੀ ਕਿ ਇੱਕੋ ਜਦੋਂ ਬਿੰਦੀ ਲੱਗ ਗਈ ਨਾ, ਜਦ ਤੱਕ ਇਹਦੀ ਗੂੰਦ ਨਹੀਂ ਖਤਮ ਹੋਣੀ, ਮੇਰੀ ਬਿੰਦੀ ਨਹੀਂ ਲੱਗਦੀ। ਤਾਂ ਦੱਸਿਓ ਤੁਹਾਡੇ ਨਾਲ ਕਿਤੇ ਕਿਤੇ ਨਾਲ ਇੱਦਾਂ ਹੁੰਦਾ ਆ, ਮੈਂ ਲਾਉਂਦੀ ਨਹੀਂ ਹੈਗੀ ਫਿਰ ਛੇਤੀ ਕਿਤੇ ਬਿੰਦੀ। ਅਤੇ ਮੈਂ ਮਹਿਰੂਨ ਹੀ ਲਿਪਸਟਿਕ ਲਾਈ ਹੈ, ਮਹਿਰੂਨ ਮੇਰੀ ਬਿੰਦੀ ਹੈ, ਸਿੰਦੂਰ 'ਤੇ ਰੈੱਡ ਕਲਰ ਦਾ ਹੀ ਹੈ, ਪਿੰਕ ਮੇਰਾ ਸੂਟ ਆ। ਔਰ ਸਮਾਨ ਅਸੀਂ ਰਾਤੀ ਕੁਆਟਰ 'ਚ ਛੱਡ ਆਏ ਸੀ, ਥੋੜ੍ਹਾ ਜਿਹਾ ਸਮਾਨ ਜਿਹੜਾ ਅਸੀਂ ਹੁਣ ਲੈ ਕੇ ਜਾਣਾ, ਜਿਹਦੇ ਵਿੱਚ ਸਾਡੀ ਰੋਟੀ ਵਗੈਰਾ ਸਫ਼ਰ ਦੀ। 3 ਵਜੇ ਟ੍ਰੇਨ ਆ, 9 ਵਜੇ ਅਸੀਂ ਪਹੁੰਚ ਜਾਣਾ, ਬਟ ਮੈਨੂੰ ਬਹੁਤ ਭੁੱਖ ਲੱਗਦੀ ਹੈ, ਇਸ ਕਰਕੇ ਮੈਂ ਰੋਟੀ ਬਣਵਾ ਲਈ ਕਿ ਬਾਹਰ ਦੀ ਚੀਜ਼ ਮੈਂ ਘੱਟ ਤੋਂ ਘੱਟ ਖਾਵਾਂ। ਕੋਸ਼ਿਸ਼ ਕਰਾਂ ਕਿ ਮੈਂ ਐਵੋਇਡ ਕਰਾਂ ਬਾਹਰ ਦੀਆਂ ਚੀਜ਼ਾਂ, ਦਵਾਈ ਚੱਲਦੀ ਹੈ ਕਿ ਮੈਂ ਉੱਥੇ ਜਾ ਕੇ ਦੇਖ ਲੂੰਗੀ ਜੇ ਕੁਛ ਖਾਣਾ ਹੋਇਆ। ਔਰ ਬਸ ਜੰਨਤ ਵੀ ਰੈਡੀ, ਮੈਂ ਅਤੇ ਜੰਨਤ ਚੱਲੇ ਹਾਂ, ਮੇਰੇ 2 ਅਨਮੋਲ ਰਤਨ ਘਰ ਹੀ ਨੇ, ਮੰਨਤ ਔਰ ਮੇਹਰ, ਆਪਣੇ ਦਾਦੂ ਔਰ ਡੈਡੀ ਦੇ ਨਾਲ। ਮੇਹਰ ਲੱਗਾ ਫੋਨ 'ਤੇ, ਮੰਨਤ ਨੇ ਅਜੇ, ਮੰਨਤ ਵੀ ਅੱਜ ਨਾ ਸਿਹਤ ਜੀ ਠੀਕ ਨਹੀਂ ਲੱਗਦੀ ਪਈ, ਜੇ ਬੁਖਾਰ 'ਚ ਲੱਗਦਾ, ਮੈਨੂੰ ਦਵਾਈ ਖਾ ਲਈ। ਚਲੋ ਹੁਣ ਇੱਕ ਵਾਰੀ ਉੱਥੇ ਪਹੁੰਚ ਕੇ ਜਾਂ ਬੱਸ 'ਤੇ ਬਹਿਣ ਲੱਗਿਆ ਜਾਂ ਜਿੱਥੋਂ ਬੱਸ ਲੈਣੀ ਉੱਥੇ ਪਹੁੰਚ ਕੇ, ਅਤੇ ਫਿਰ ਤੁਹਾਨੂੰ ਮਿਲਦੀ ਹਾਂ, ਅਤੇ ਬਾਅਦ ਵਿੱਚ ਆਪਣਾ ਲੁੱਕ ਵੀ ਤੁਹਾਨੂੰ ਦਿਖਾਊਂਗੀ। ਅਤੇ ਚਲੋ ਜੀ ਠੀਕ ਹੈ, ਫਿਰ ਮਿਲਦੇ ਹਾਂ ਬਾਅਦ ਵਿੱਚ। ਪਹੁੰਚ ਗਏ ਹਾਂ ਅਸੀਂ ਆਪਣੇ ਅੱਡੇ 'ਤੇ ਜਿੱਥੋਂ ਬੱਸ ਲੈਣੀ ਹੈ। ਮੰਨਤ ਜੰਨਤ ਲੈਣ ਗਈ ਇਹ ਬਰਗਰ, ਇੱਥੋਂ ਟੇਸਟੀ ਹੈ, ਯਾਨੀ ਕਿ ਅਸੀਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਹਾਂ ਬਰਗਰ ਤੋਂ। ਇੱਕ ਮੈਂ ਤਾਂ ਜੰਨਤ ਲਿਆ, ਹਾਫ ਅਸੀਂ ਖਾਵਾਂਗੇ, ਇੱਕ ਇੰਨਾ ਵਾਸਤੇ ਮੈਂ ਲਿਆ ਆਇਆ। ਔਰ ਬਾਕੀ ਬੱਸ ਦਾ ਵੇਟ ਕਰਦੇ ਹਾਂ, ਇੱਥੇ ਦੇਖੋ ਕਿੰਨੀ ਦੇਰ 'ਚ ਬੱਸ ਆਉਂਦੀ ਹੈ, 1:15 ਤੱਕ ਆ ਜਾਂਦੀ ਹੈ। ਬਾਕੀ ਇਸ ਤੋਂ ਬਾਅਦ ਮੈਂ ਤੁਹਾਨੂੰ ਕੀਰਤਪੁਰ ਜਾ ਕੇ ਹੀ ਮਿਲਦੀ ਹਾਂ, ਅਤੇ ਫਿਰ ਮਾੜਾ ਜਿਹਾ ਤੁਹਾਨੂੰ ਵਿਊ ਦਿਖਾ ਦਿੰਦੀ ਹਾਂ। ਵਿਊ ਤਾਂ ਨਹੀਂ, ਇਹ ਮਾਹੌਲ ਰੱਖੜੀ ਕਰਕੇ ਅਜੇ ਇੰਨਾ ਲੱਗਣ ਨਹੀਂ ਦਿਆ ਨਾ, ਕਿਉਂਕਿ 1-2 ਦਿਨਾਂ ਬਾਅਦ ਇਹ ਰੱਖੜੀ ਸ਼ਾਇਦ ਉਹਦੇ ਕਰਕੇ ਨਾ, ਇਹ ਟੇਬਲ ਇੱਥੇ ਲੱਗੇ ਹੁੰਦੇ ਆ, ਹੁਣ ਚੱਕਦੇ ਨੇ, ਹੁਣ ਇੱਧਰ ਕਰ ਦਿੱਤੇ ਆ। ਔਰ ਸਬਜ਼ੀ ਵਾਲੇ ਸਾਹਮਣੇ, ਅਤੇ ਜੰਨਤ ਉੱਧਰ ਆ, ਆ ਥੋੜ੍ਹਾ ਜਿਹਾ ਦਿਖਦਾ ਪਿਆ ਪਿੰਕ, ਇੱਧਰ ਆ ਜੰਨਤ। ਬਸ ਵੇਟ ਕਰਦੇ ਹਾਂ, ਬੱਸ ਤਾਂ ਆਉਂਦੀ ਹੈ ਤਾਂ ਫਿਰ ਮਿਲਦੀ ਹਾਂ ਬੱਸ 'ਚ ਬੈਠ ਕੇ। ਇਹ ਉਹ ਆਪਣਾ ਖਾਣ ਲੱਗ ਗਈ ਹੈ, ਔਰ ਇਹਨਾਂ ਦਾ ਪੈਕ ਕਰਾ ਲਿਆ, ਇਹ ਫਿਰ ਇਹਨਾਂ ਨੂੰ ਦੇ ਦੂੰਗੀ, ਪਤਾ ਨਹੀਂ ਖਾਣਗੇ ਕਿ ਨਹੀਂ। ਇਹਨੂੰ ਟੇਸਟੀ ਹੈ, ਤਾਂ ਹੀ ਇਹਨੇ ਇੱਥੋਂ ਲਿਆ ਕਿ ਇਹ ਬਹੁਤ ਟੇਸਟੀ ਹੁੰਦੇ ਆ ਇੱਥੋਂ ਦੇ, ਕਹਿੰਦੀ ਇੱਥੋਂ ਹੀ ਖਾਣਾ। ਮੈਂ ਚੱਲ ਠੀਕ ਆ,
ਜਾਂਦੇ ਪਏ ਆ ਰੂਮ 'ਚ, ਜਾਂਦੇ ਨਹੀਂ ਪਏ ਅਸੀਂ ਤਾਂ ਬਸ ਉਤਰੇ ਹਾਂ ਅਤੇ ਚੱਲਦੇ ਹਾਂ। ਧੁੱਪ ਇੰਨੀ ਜ਼ਿਆਦਾ ਤੇਜ਼ ਆ ਨਾ, ਹੱਦ ਤੋਂ ਜ਼ਿਆਦਾ, ਔਰ ਇੱਥੋਂ ਦਾ ਇੱਕ ਕੁਲਚਾ ਵੀ ਟਰਾਈ ਕਰਨਾ ਹੈ ਹੁਣ, ਹੁਣ ਇੱਕ ਇੱਕ ਕੁਲਚਾ ਖਾਂਦੇ ਹਾਂ ਪਹਿਲਾਂ ਇੱਥੇ ਬੈਠ ਕੇ। ਚੱਲ ਆ ਜਾ ਸਾਡਾ ਕੁਲਚਾ, ਇਹ ਬਹੁਤ ਟੇਸਟੀ। ਆਪਕੇ ਨਾ ਬਹੁਤ ਸੁਣਿਆ ਹੈ ਮੈਨੇ, ਬੇਟੀਆਂ ਮੇਰੀ ਖਾਤੀ ਹੈ ਨਾ ਯਹਾਂ ਸੇ ਜਬ ਆਤੀ ਹੈ ਸਕੂਲ, ਬੋਲਦੀ ਮੰਮੀ ਬਹੁਤ ਟੇਸਟੀ ਹੈ, ਮੈਨੇ ਕਿਹਾ ਚਲੋ ਮੈਂ ਵੀ ਟਰਾਈ ਕਰਤੀ ਹੂੰ। ਖੁਦ ਵੀਡੀਓ ਬਣਾਉਣ ਦੀ ਹੈ ਕਿਉਂਕਿ ਇੱਥੇ ਤੋਂ ਅਸੀਂ ਕਮਰੇ ਚੱਲੇ ਹਾਂ, ਇਹ ਜਨਤ ਦਾ ਸਕੂਲ। ਬਾਏ ਬਾਏ, ਹੁਣ ਬਹੁਤ 3-4 ਦਿਨਾਂ ਵਾਸਤੇ ਬਾਏ ਬਾਏ। ਬਹੁਤ ਬੁਰਾ ਹਾਲ ਹੋ ਗਿਆ ਆ, ਬਸ ਸਾਡੇ ਤੋਂ ਲੈ ਕੇ ਇੱਥੋਂ ਤੱਕ ਪਹੁੰਚੇ, ਸਾਹ ਨਾ ਸਾਹ ਨਹੀਂ ਰਲਦਾ ਪਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ, ਇੱਕ ਧੁੱਪ ਆ। ਜਿਹਨੇ ਦੀ ਜੋ ਚਾਬੀ ਲੈਣ ਗਈ ਆ, ਇਹ ਚਾਬੀ ਦੇ ਗਈ ਸੀਗੀ ਕੁਆਟਰ ਦੀ ਇੱਥੇ ਕਿਸੇ ਨੂੰ, ਉਹਨਾਂ ਕੋਲੋਂ ਲੈਣ ਗਈ ਹੈ, ਬਸ ਫਿਰ ਆਉਂਦੀ ਤਾਂ ਚੱਲਦੇ ਹਾਂ। ਇੰਨੀ ਗਰਮੀ ਕੋਈ ਹਿਸਾਬ ਨਹੀਂ, ਆ ਗਈ ਪਹਿਲਾਂ ਛੱਡ ਗਿਆ, ਫਿਰ ਹੁਣ ਜੰਨਤ ਨੂੰ ਲੈ ਕੇ ਆਇਆ ਕਿਉਂਕਿ ਅੱਜ ਸਵੇਰੇ ਬਾਈਕ 'ਤੇ ਆਏ ਸੀਗਾ। ਚਾਬੀ ਲੈ ਲਓ, ਕਿਤੇ ਚਾਬੀ ਅਸੀਂ ਨਾਲ ਹੀ ਨਾ ਲੈ ਜਾਈਏ। ਆ ਜਾਓ, ਕਾਫੀ ਰਸ਼ ਆ, ਆਹ ਦੇਖੋ ਇੰਨਾ ਜ਼ਿਆਦਾ ਰਸ਼ ਆ, ਬਹੁਤ ਰਸ਼ ਆ। ਸੀਟ ਮਿਲ ਜੇ ਸਾਨੂੰ ਬੈਠਣ ਦੇ, ਅਸੀਂ ਕੁਲਚਾ ਖਾਏ ਹਾਂ, ਇਹਨਾਂ ਵਾਸਤੇ ਲਿਆਂਦਾ ਸੀ ਕੁਲਚਾ, ਹੁਣ ਬਹੁਤ ਇਹਨਾਂ ਦਾ ਬਰਗਰ ਵੀ ਹੈ, ਕਿਤੇ ਤੁਸੀਂ ਸੋਚੋ ਕਿ ਬਰਗਰ ਵੀ ਲੈ ਕੇ ਆਏ, ਅਸੀਂ ਖਾ ਲਿਆ ਸੀ ਇਹਨਾਂ ਦਾ, ਲਿਆਏ ਸੀ ਬਰਗਰ, ਹਜੇ ਗਰਮ ਇਹ ਖਾ ਲਿਆ। ਇਹ ਵਾਲੀ ਦਾ ਹੋਇਆ ਕਿ ਦੂਜੀ ਦਾ ਹੋਇਆ? ਨਾ ਕਰੋ ਨਾ, ਫਿਰ ਤੋਂ ਬਾਅਦ 'ਚ ਹੁਣ ਅਸੀਂ ਕੈਮਰਾ ਔਨ ਕੀਤਾ ਆ ਕਿਉਂਕਿ ਹਾਂ ਪਛਤਾਉਂਦੇ ਕਿ ਇਸ ਟ੍ਰੇਨ 'ਚ ਆਏ ਕਿਉਂ, ਇੱਥੇ ਫਸਟ ਟਾਈਮ ਆਏ ਇਸ ਟ੍ਰੇਨ 'ਚ, ਪਤਾ ਨਹੀਂ ਕਿ ਇੰਨਾ ਰਸ਼ ਹੁੰਦਾ, ਉੱਪਰੋਂ ਥੋੜ੍ਹਾ ਜਿਹਾ ਚਾਨਣ ਹੁੰਦਾ, ਪਰ ਇੰਨਾ ਬੁਰਾ ਹਾਲ ਹੋ ਗਿਆ ਸੀ। ਬਟ ਇੱਥੇ ਨਾ ਇਸ ਵਾਲੇ ਕੋਚ ਵਿੱਚ ਚਾਰਜਿੰਗ ਦਾ ਸਿਸਟਮ ਹੀ ਨਹੀਂ ਗਾ, ਜਿਸ ਕਰਕੇ ਮੈਂ ਵੀਡੀਓਜ਼ ਵਗੈਰਾ ਨਹੀਂ, ਕੋਈ ਵੀ ਵੀਡੀਓ ਨਹੀਂ ਲਈ। ਪਹਿਲਾਂ ਅਸੀਂ ਉੱਧਰ ਬੈਠੇ ਹੋਏ ਸੀ, ਉਹ ਪਿੱਛੇ ਜਿੱਥੇ ਖੜੀ ਹੋਈ ਸੀ ਮੈਂ, ਬਾਅਦ 'ਚ ਥੋੜ੍ਹੀ ਦੇਰ ਬੈਠੀ ਹਾਂ, ਬਹੁਤ ਜ਼ਿਆਦਾ ਰਸ਼ ਬਟ ਅੱਗੇ ਤੋਂ ਇਸ ਟ੍ਰੇਨ 'ਚ ਨਹੀਂ ਆ, ਸ਼ਾਇਦ ਮੇਲਾ ਚੱਲਦਾ ਪਿਆ ਨਾ ਉਹਦੇ ਕਰਕੇ ਰਸ਼ ਜ਼ਿਆਦਾ ਆ। ਫਿਰ ਅਸੀਂ ਬੈਠੇ ਆ ਨਾ, ਉਹ
ਛੋਟਾ ਜਿਹਾ ਰਸਤਾ ਹੈ, ਨਾਲ ਪਿੱਛੇ ਕੋਚ 'ਚ ਜਾਂਦਾ ਆ। ਆ ਦੇਖੋ ਉੱਧਰ ਆਉਂਦੀਆਂ ਸਵਾਰੀਆਂ, ਚੈੱਕ ਕਰਕੇ ਆ ਜਾਂਦੇ। ਆਉਣ ਵਾਲਾ ਬਾਲਾ ਕੁਛ ਪੀਆ ਅਤੇ ਸਿਰ ਬਹੁਤ ਦੁੱਖਦਾ ਪਿਆ ਆ। ਠੰਡਾ 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 ਪੀਂਦੇ ਪੀਂਦੀਆਂ ਦੇਖਾਂ, ਚਾਹ 'ਚ ਵਧੀਆ ਨਹੀਂ ਮਿਲੀ। ਅਸੀਂ ਕੋਲ ਕੀਤੀ ਪਿੰਡ ਚਾਹ ਦੇ ਘਰ ਜਾ ਕੇ ਪੀਵਾਂਗੇ ਜਾਂ ਰੁੜ ਕੇ ਜਾ ਕੇ ਪੀਵਾਂਗੇ। ਤੇਜ਼ ਪੱਤੀ ਬਣੀ, ਹਾਂ ਤੇਜ਼ ਪੱਤੀ ਵਾਲੀ ਚਾਹ ਦੀ ਲੋੜ ਹੈ। ਦੁੱਧ ਘੱਟ ਮਿੱਠਾ ਘੱਟ। ਅੰਬਾਲਾ ਸਟੇਸ਼ਨ ਅਤੇ ਰਸ਼ ਦੇਖੋ ਤੁਸੀਂ, ਸਾਰੀ ਦੁਨੀਆ ਇੱਥੇ ਹੀ ਆ ਗਈ। ਮੀਂਹ ਬਹੁਤ ਜ਼ਿਆਦਾ ਆਇਆ ਸੀ ਨਾ, ਅਤੇ ਉਹਦਾ ਪਾਣੀ ਹੈ ਜਿਹੜਾ ਹਜੇ ਵੀ ਆ। ਦੇਖੋ ਜਗਾਦਰੀ ਤੋਂ ਪਿੱਛੇ ਆ ਪਾਣੀ ਅੱਗੇ ਆਉਂਦਾ ਵੇ, ਕਿੰਨਾ ਪਾਣੀ ਹੈ, ਪਾਣੀ ਐਕਸਟਰਾ ਇੱਦਾਂ। ਆ ਦੇਖੋ ਇੱਕ ਬਰਾਬਰ ਹੋਇਆ ਪਿਆ ਆ ਪਾਣੀ, ਕਿੰਨਾ ਜ਼ਿਆਦਾ ਆ। ਅਸੀਂ ਪਹੁੰਚ ਗਏ ਹਾਂ ਬਰਾੜੇ, ਬਰਾੜੇ ਦਾ ਸਟੇਸ਼ਨ ਹੈ। ਪਿਆਸ ਇੰਨੀ ਜ਼ਿਆਦਾ ਲੱਗੀ ਹੈ ਨਾ, ਕੋਈ ਆਉਂਦਾ ਨਹੀਂ ਪਿਆ ਵੀ ਕੋਈ ਕੋਲਡ ਡਰਿੰਕ ਵਾਲਾ ਪਾਣੀ ਵਾਲਾ ਆ ਜੇ। ਬਹੁਤ ਬੁਰਾ ਹਾਲ ਹੁੰਦਾ ਪਿਆ ਹੈ ਪਿਆਸ ਦਾ। ਇਸ ਤੋਂ ਬਾਅਦ ਯਮੁਨਾ ਨਗਰ ਆਏਗਾ ਅਤੇ ਫਿਰ ਦੇਖਦੇ ਹਾਂ ਜਿੱਥੋਂ ਕੁਛ ਮਿਲ ਜਾਵੇ। ਤੁਰ ਪਈ ਟ੍ਰੇਨ ਇੱਥੋਂ ਵੀ, ਹੁਣ ਬਰਾੜੇ ਨੂੰ ਵੀ ਬਾਏ ਬਾਏ। ਮੇਰੀ ਮਹਿੰਦੀ ਨਾ ਡਾਰਕ ਹੁੰਦੀ ਜਾਂਦੀ ਹੈ, ਹੁਣ ਮੇ ਬੀ ਕੱਲ੍ਹ ਤੱਕ ਹੋਰ ਡਾਰਕ ਹੋ ਜਾਏਗੀ। ਮੰਨਤ ਇੱਥੇ ਨਾਮ ਲਿਖਿਆ, ਨਾਮ ਰਿਟਾ ਲਿਖਿਆ ਆ। ਮੈਂ ਹੱਥ ਅੰਦਰ ਕਰ ਲਾਂ, ਜਿਹੜੀ ਮੇਰਾ ਹੱਥ ਹੀ ਖਿੱਚ ਕੇ ਲੈ ਜੇ, ਟੋਟੀ ਨਾ ਜਾਏ ਮੇਰਾ ਹੱਥ। ਇੱਧਰ ਲੱਗਦਾ ਮੀਂਹ ਪਿਆ ਆ, ਸਾਡੇ ਵੱਲ ਤਾਂ ਨਹੀਂ। ਚਿਲਨ ਖਾਣ ਲੱਗੀ ਬਰਗਰ ਬਿਸਕੁਟ, ਮੈਨੂੰ ਤਾਂ ਚੋਕਲੇਟ ਵਾਲੇ ਪਸੰਦ ਨਹੀਂ, ਬਟ ਟਰਾਈ ਕਰਦੀ ਹਾਂ। ਉੱਥੇ ਪਾਣੀ ਦੇਖੋ, ਹੁਣੇ ਨਾ ਅਸੀਂ ਆਪਣੇ ਸਟੇਸ਼ਨ ਤੋਂ ਹੀ ਪਾਣੀ ਪੂਣੀ ਲੈ ਕੇ ਬੈਠੇ ਸੀਗੇ ਸਭ ਕੁਛ, ਪਰ ਆਪਾਂ ਕਿਸੇ ਵੀ ਟ੍ਰੇਨ ਸਟੇਸ਼ਨ 'ਤੇ ਟ੍ਰੇਨ ਜ਼ਿਆਦਾ ਰੁਕਦੀ ਨਹੀਂ ਪਈ, ਨਾ ਹੀ ਗੱਡੀ 'ਚ ਕੋਈ ਆਉਂਦਾ ਪਿਆ ਆ ਪਾਣੀ ਕੋਲਡ ਡਰਿੰਕ ਲੈ ਕੇ। ਸਾਡੇ ਸਾਹਮਣੇ ਬੈਠੇ ਹੋਏ ਸੀ ਇੱਕ, ਉਹ ਚੜ੍ਹੇ ਸੀ ਰਾਜਪੁਰੇ ਤੋਂ। ਉਹ ਵਿਚਾਰੀ ਉਹ ਦੇਖਦੀ ਸੀ ਕਿ ਮੈਂ ਹਰ ਸਟੇਸ਼ਨ 'ਤੇ ਵੇਖਦੀ ਹਾਂ ਕੋਈ ਪਾਣੀ ਵਾਲਾ ਆ ਜਾਵੇ, ਕੋਈ ਕੋਲਡ ਡਰਿੰਕ ਵਾਲਾ ਆ ਜਾਵੇ ਤਾਂ ਮੈਂ ਲੈ ਲਾਂ। ਉਹਦਾ ਸਟੋਪੇਜ ਆਇਆ, ਉਹ ਉੱਤਰੀ, ਉੱਤਰੇ ਸਭ ਤੋਂ ਪਹਿਲਾਂ ਉਹਨੇ ਇੱਕ ਪਾਣੀ ਦੀ ਬੋਤਲ ਲੈ ਕੇ ਆਈ ਸਾਡੇ ਵਾਸਤੇ। ਔਰ ਮੈਨੂੰ ਇੰਨਾ ਵਧੀਆ ਲੱਗਾ ਨਾ, ਦੇਖੋ ਨਾ ਕੋਈ ਜਾਣ ਨਾ ਪਹਿਚਾਣ, ਬਟ ਉਹਨੇ ਦੇਖਿਆ ਕਿ ਇਹ ਕਾਫੀ ਦੇਰ ਦੀਆਂ ਔਰ ਜੇ ਤਾਂ ਮੇਰੀ ਵੋਇਸ ਆ ਗਈ ਠੀਕ ਆ, ਅਦਰਵਾਈਜ਼ ਮੈਂ ਵੋਇਸ ਓਵਰ ਕਰੂੰਗੀ। ਹੁਣ ਜੋ ਵੀ ਖਾਣਾ ਹੈ ਕੁਛ ਦੇਖਾਂਗੇ, ਕੋਸ਼ਿਸ਼ ਹੈ ਕਿ ਰੁੜਕੀ ਜਾ ਕੇ ਲਵਾਂਗੀ। ਮੈਂ ਰਾਹ 'ਚ ਕੁਛ ਨਹੀਂ ਲੈਣਾ ਕਿਉਂਕਿ ਪਿਆਸ ਲੱਗੀ ਸੀ, ਪਾਣੀ ਪੀ ਲਿਆ ਆ। ਔਰ ਮੇਰੀ ਮਹਿੰਦੀ ਨਾ ਡਾਰਕ ਹੁੰਦੀ। ਪਹੁੰਚ ਗਏ ਆ ਸਹਾਰਨਪੁਰ, ਔਰ ਬਹੁਤ ਜ਼ਿਆਦਾ ਰਸ਼ ਹੋਇਆ ਇੱਥੇ ਵੀ। ਕੀ ਪਹੁੰਚ ਗਏ ਹਾਂ ਔਰ ਵੇਟ ਕਰਦੇ ਪਏ ਹਾਂ, ਹੁਣ ਭਰਾ ਅਤੇ ਡੈਡੀ ਆਉਂਦੇ ਪਏ ਆ ਲੈਣ।
ਹੁਣ ਉਤਰ ਕੇ ਬੈਠੇ ਆ। ਇਹ ਕੋਈ ਟ੍ਰੇਨ ਆਉਣ ਵਾਲੀ ਹੈ ਅਤੇ ਉਹਦੀ ਅਨਾਊਂਸਮੈਂਟ ਹੁੰਦੀ ਪਈ ਹੈ। ਫਿਰ ਅਸੀਂ ਇੱਥੇ ਸਟੇਸ਼ਨ 'ਤੇ ਬੈਠੇ ਹਾਂ ਨਾ। ਉਹ ਸਵੈਟਿੰਗ ਇੰਨੀ ਜ਼ਿਆਦਾ ਹੁੰਦੀ ਪਈ ਨਾ, ਬਹੁਤ ਬੁਰਾ ਹਾਲ ਆ। ਡੈਡੀ ਵਾਲੀ ਆਉਣ ਵਾਲੇ ਔਰ 5-10 ਮਿੰਟ 'ਚ ਫਿਰ ਅਸੀਂ ਜਾਂਦੇ ਹਾਂ। ਮੈਂ ਫੋਨ ਕੀਤਾ ਹੋਇਆ, ਬਸ ਅਸੀਂ 5 ਮਿੰਟਾਂ 'ਚ ਆ ਗਏ, ਨੇੜੇ ਹੀ ਆ ਗਏ ਸੀਗੇ। ਕਿਸੇ ਨੇ ਟਿਕਟ ਕੈਂਸਲ ਕਰਵਾਈ ਹੋਣੀ ਅਤੇ ਰਿਫੰਡ ਦਾ ਚੇਤਾ ਭੁੱਲ ਗਿਆ, ਉਹ ਹੀ ਅਨਾਊਂਸਮੈਂਟ ਕਰਦੇ ਪਏ ਆ ਕਿ ਵੀ ਰਿਫੰਡ ਲੈ ਜਾਓ ਆਪਣਾ ਆਣ ਕੇ। ਬਾਕੀ ਹੁਣ ਡੈਡੀ ਡੈਡੀ ਅਤੇ ਭਰਾ ਆਉਂਦੇ ਪਏ ਅਤੇ ਸਹਿਜ ਸਿਮਰਨ ਆਉਂਦੇ ਪਏ ਆ। ਨਾਨੂ ਨਾਨੂ ਮਾਮਾ ਇਹਦਾ ਅਤੇ ਇਹਦੇ ਭਰਾ ਭੈਣ, ਔਰ ਜਦੋਂ ਆਉਂਦੇ ਤਾਂ ਫਿਰ ਹੀ ਹੁਣ ਵੀਡੀਓ ਬਣਾਊਂਗੀ ਕਿਉਂਕਿ ਫੋਨ ਦੀ ਬੈਟਰੀ ਬਹੁਤ ਘੱਟ ਆ। ਜਿਸ ਟ੍ਰੇਨ 'ਚ ਅਸੀਂ ਬੈਠੇ ਸੀ ਨਾ, ਅਤੇ ਉਹਦੇ 'ਚ ਨਾ ਚਾਰਜਿੰਗ ਵਾਲਾ ਨਹੀਂ ਸੀਗਾ, ਤਾਂ ਕਰਕੇ ਫੋਨ ਬਹੁਤ ਘੱਟ ਯੂਜ਼ ਕੀਤਾ। ਅਤੇ ਅੱਜ ਤਰੀਕ ਆ 15, ਛੱਡੋ ਸ਼ੁਕਰ ਕਰੋ ਸਾਨੂੰ ਉਸ ਟ੍ਰੇਨ 'ਚ ਸੀਟ ਮਿਲੀ। 15 ਤਰੀਕ ਆ, ਬਸ ਹੁਣ ਡੈਡੀ ਵੀ ਆਉਂਦੇ ਤਾਂ ਫਿਰ ਹੀ ਵੀਡੀਓ ਬਣਾਉਂਗੀ ਉਸ ਟਾਈਮ ਨਹੀਂ। ਮੈਂ ਕਿਹਾ ਆਉਣ ਵਾਲੇ ਹੋਣੇ ਆ, ਤਾਂ ਇੱਥੇ ਕਲੋਨ ਨਾਲ ਥੋੜ੍ਹਾ ਬਾਹਰ ਜਾ ਕੇ ਵੇਟ ਕਰਦੇ ਹਾਂ। ਬਾਹਰ ਥੋੜ੍ਹਾ ਹੈਗਾ ਜੀ, ਇੱਕ ਵੈਸੇ ਵੀ ਤਾਂ ਫੋਨ ਕਰਨਾ ਉਹਨਾਂ ਨੇ ਕਿ ਬਾਹਰ ਆ ਜਾਓ, ਇਸ ਤੁਸੀਂ ਆਪ ਵੀ ਨਹੀਂ ਨਹੀਂ ਵੀ ਸਾਰੇ ਲੈ ਲੈ, ਹਰ ਕੋਈ ਪੁੱਛਦਾ ਕਿ ਟ੍ਰੇਨ ਤੋਂ ਉਤਰੇ ਆ, ਰਿਕਸ਼ਾ ਆਟੋ ਨਹੀਂ ਭਈਆ ਲੈਣੇ ਆ ਰਹੇ ਹੈ। ਅਸੀਂ ਮਰ ਜਾ ਬਾਹਰ ਨੂੰ ਆ ਗਏ ਹਾਂ, ਲੱਗਦਾ ਉਹ ਆ ਗਏ ਗੱਡੀ ਆ ਗਏ ਨੇ ਸ਼ਾਇਦ, ਤੇ ਆ ਗਈਆਂ ਸਵਾਰੀਆਂ ਸਾਨੂੰ ਲੈਣ। ਚਾਰ ਜਣੇ ਆਏ ਨੇ, ਦੋ ਜਣੇ ਨੇ ਲੈਣ, ਦੋ ਜਣੇ ਨੂੰ ਚਾਰ ਜਣੇ ਲੈਣ ਆਏ ਨੇ। ਪਿੱਛੇ ਟੈਂਪੂ ਸਹੀ ਹੈ ਗੱਡੀ ਸਾਡੀ, ਮੈਂ ਮਾਮੇ ਵੱਲ ਚੱਲੀ ਹਾਂ, ਤੂੰ ਇੱਥੋਂ ਬਹਿ ਜਾ, ਲੈ ਮੇਰੀ ਇੱਧਰੋਂ ਬਣਾ। ਹਾਂਜੀ ਡੈਡੀ, ਹੁਣ ਜਾਂਦੇ ਪਏ ਆ ਘਰ ਨੂੰ। ਸਾਰਾ ਕੁਛ ਹੀ ਚੇਂਜ ਕੀਤਾ ਹੋਇਆ ਆ।
ਹਾਂਜੀ ਰੋਟੀ ਪਾਣੀ ਖਾ ਲਿਆ, ਵਿਹਲੇ ਹੋ ਗਏ, ਟਾਈਮ ਹੋ ਗਿਆ 11:05, ਹੁਣ ਸੋਣਾ ਆ। ਮੈਂ ਕਿਹਾ ਵੀਡੀਓ ਦੀ ਐਂਡਿੰਗ ਨਹੀਂ ਲਈ, ਵੀਡੀਓ ਐਂਡ ਕਰ ਲੈਂਦੀ ਹਾਂ, ਇੱਕ ਵਾਰੀ ਸਾਰਿਆਂ ਨੂੰ ਕਰ ਦਿੰਦੀ ਹਾਂ। ਆਪਾਂ ਬੈਠੇ ਹੋਏ ਹਾਂ, ਮੰਮੀ ਡੈਡੀ ਬਾਹਰ ਸੁੱਤੇ ਹੋਏ ਨੇ, ਜੰਨਤ ਮੇਰਾ ਕੈਮਰਾਮੈਨ ਹੈ, ਅਤੇ ਕੈਮਰਾਮੈਨ ਪਲੀਜ਼ ਦਿਖਾ ਦਿਓ ਸਾਰਿਆਂ ਨੂੰ। ਇਹੀ ਕੀ ਹੁੰਦਾ, ਚੜੀ ਲਾਈਟਾਂ ਬੰਦ ਕੀਤੀਆਂ ਤਾਂ ਕਰਕੇ ਹਨੇਰਾ ਲੱਗਦਾ ਪਿਆ ਆ। ਚਲੋ ਹਾਂਜੀ, ਚਲੋ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਵਿੱਚ।